ਸੈਸ਼ਨ ਦੇ ਵਿੱਚ ਜੋ ਵੀ ਹੰਗਾਮਾ ਹੋਇਆ ਉਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਅਤੇ ਉਹਨਾਂ ਨੇ ਕਿਹਾ ਕਿ ਬਿੱਗ ਬੌਸ ਦੇ ਵਿੱਚ ਵੀ ਇੰਨੀਆਂ ਟਪੂਸੀਆਂ ਨਹੀਂ ਵੱਜਦੀਆਂ ਜਿੰਨੀਆਂ ਭਗਵੰਤ ਮਾਨ ਨੇ ਕੱਲ੍ਹ ਸੈਸ਼ਨ ਦੇ ਵਿੱਚ ਟਪੂਸੀਆਂ ਮਾਰੀਆਂ ਨੇ ਅਤੇ ਜਿਸ ਤੋਂ ਬਾਅਦ ਮਜੀਠੀਆ ਦੇ ਵੱਲੋਂ ਪਲਟਵਾਰ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹਨਾਂ ਨੇ ਕੀ ਸਾਬਿਤ ਕਰਨਾ ਚਾਹੁੰਦੇ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦਾ ਮੁੱਦਾ ਉਸ ਵਿੱਚ ਕੀ ਸੀ ਅਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੋ ਵੀ ਉਹਨਾਂ ਨੇ ਬੋਲਿਆ ਹੈ ਪ੍ਰਤਾਪ ਬਾਜਵਾ ਨੂੰ ਅਤੇ ਜੋ ਵੀ ਕਿਹਾ ਹੈ ਕਿ ਸਿੱਧਾ ਮੇਰੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖ ਤਾਂ ਇਹ ਕਹਿਣਾ ਕੀ ਚਾਹੁੰਦੇ ਨੇ। ਇਹ ਬਿਆਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਅਤੇ ਉਹਨਾਂ ਨੇ ਪਲਟਵਾਰ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਕੀਤਾ ਅਤੇ ਦੂਜੇ ਪਾਸੇ ਕੇਜਰੀਵਾਲ ਦੇ ਸੰਮਣ ਨੂੰ ਲੈ ਕੇ ਵੀ ਉਹਨਾਂ ਨੇ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਿਆ ਅਤੇ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਵਾਰ ਵਾਰ ਸੱਦਿਆ ਜਾਂਦਾ ਹੈ ਪਰ ਬਿਕਰਮ ਮਜੀਠੀਆ ਹਰ ਵਾਰ ਸੰਮਣ 'ਤੇ ਆਉਂਦਾ ਹੈ ਅਤੇ ਜਦੋਂ ਬਿਕਰਮ ਮਜੀਠੀਆ ਜ਼ਿਆਦਾ ਬੋਲ ਪੈਂਦਾ ਹੈ ਤਾਂ ਉਸਨੂੰ ਪੇਸ਼ੀ 'ਤੇ ਸੱਦ ਲਿਆ ਜਾਂਦਾ ਹੈ ਅਤੇ ਜਦੋਂ ਵੀ ਮੇਰੀ ਪੇਸ਼ੀ ਹੁੰਦੀ ਹੈ ਤਾਂ ਮੈਂ ਹਰ ਵਾਰ ਆਉਂਦਾ ਹੈ ਪਰੰਤੂ ਜੇਕਰ ਕੇਜਰੀਵਾਲ ਨੂੰ ਬੁਲਾਇਆ ਜਾਂਦਾ ਤਾਂ ਕਿਉਂ ਨਹੀਂ ਜਾਂਦਾ ਅਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਲਲਕਾਰਿਆ ਹੈ ਅਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਸਿੱਧਾ ਚੈਲੰਜ ਦਿੱਤਾ ਹੈ। ਹੋਰ ਕੀ ਕਹਿਣਾ ਹੈ ਬਿਕਰਮ ਮਜੀਠੀਆ ਦਾ ਸੁਣਦੇ ਹਾਂ। ਕੀ ਭਾਊ ਬਿੱਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ 'ਚ, ਇੰਨਾ ਤਾਂ ਉੱਥੇ ਟਪੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ, ਔਰ ਤਾਲਾ ਲੈ ਕੇ ਆਇਆ ਸੀ। ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਅਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿ ਉਹ ਅਲਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਰ ਕੇ ਆ ਜਾਂਦਾ, ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ, ਗਲਤ ਬੋਤਲ ਨੂੰ ਹੱਥ ਪੈ ਜਾਂਦਾ ਅਤੇ ਵਿਧਾਨ ਸਭਾ 'ਚ ਗਾਹ ਪਾਉਂਦਾ ਫਿਰਦਾ। ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ, ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ, ਉਹਨਾਂ ਨੂੰ ਕਹਿੰਦਾ ਐਂ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂੰ। ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲਈਆਂ ਪ੍ਰਤਾਪ ਬਾਜਵਾ, ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ, ਟੁੰਨ ਹੋ ਜਾਣਾ। ਤੂੰ ਪਤਾ ਨਹੀਂ ਕੀ ਕੁਛ ਖਾ ਪੀ ਕੇ ਆਉਂਦਾ ਵਿਧਾਨ ਸਭਾ 'ਚ, ਜੋ ਹਾਲਾਤ ਬਣੇ ਆ। ਦੇਖੋ ਲੀਡਰ ਆਫ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ, ਕੀ ਉਹ ਬਜਟ ਦਾ ਕਿਹੜੇ ਗਵਰਨਰ ਐਡਰੈਸ ਦਾ ਹਿੱਸਾ ਹੋ? ਸ਼ਾਇਦ ਪੰਜਾਬ ਦੇ ਇਤਿਹਾਸ 'ਚ, ਦੇਸ਼ ਦੇ ਇਤਿਹਾਸ 'ਚ, ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦ ਹਾਊਸ ਨੇ, ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ, ਪੰਜਾਬ ਦੇ ਭਲੇ ਦੇ ਫੈਸਲੇ ਕਰਨੇ, ਉੱਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ, ਨਾ ਪਹਿਲਾਂ ਨਾ ਅੱਗੇ ਕਦੇ, ਐਡੀ ਸ਼ਰਮਸਾਰ ਪ੍ਰੋਸੀਡਿੰਗ ਸ਼ਾਇਦ ਕੋਈ ਮੁੱਖ ਮੰਤਰੀ ਦੀ, ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ। ਜਿਹੜਾ ਲੀਡਰ ਆਫ ਦ ਹਾਊਸ ਆਪ ਹੀ ਵੈਲ 'ਚ ਆਉਣ ਨੂੰ ਫਿਰਦਾ ਸੀ, ਉਹਨੂੰ ਮਸਾਂ ਹਟਾਇਆ ਲੋਕਾਂ ਨੇ, ਇਹ ਤੋਂ ਪਤਾ ਲੱਗਦਾ ਹੈ ਕਿ ਦਿਮਾਗ 'ਤੇ ਕਿਸ ਤਰੀਕੇ ਦਾ ਬੋਝ ਪਿਆ। ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਹੈ, ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਹੈ, ਤਾਂ ਕੋਈ ਇਲਾਜ ਲੂਜ ਕਰਾ ਦਿਓ, ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ। ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ, ਹੁਣ ਹਿੱਲ ਗਏ ਆ? ਨਾ ਕਰੋ ਭਾਈ ਇਹੋ ਜਿਹੇ ਕੰਮ, ਗੱਲ ਕਰੋ ਪੰਜਾਬ ਦੀ। ਔਰ ਕੱਲ੍ਹ ਜਿਹੜਾ ਬਜਟ ਪੇਸ਼ ਹੋਇਆ, ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦਾਂਗੇ, 3,74,000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਹੈ ਕਿ ਕਰਜ਼ਾ ਚੜ੍ਹ ਜਾਣਾ। ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ, ਮੇਰੇ ਹਿਸਾਬ ਨਾਲ 4,00,000 ਕਰੋੜ 'ਤੇ ਜਾਊ। ਹਰ ਪੰਜਾਬੀ 'ਤੇ ਕੋਈ 1,25,00,000 ਦੇ ਨੇੜੇ ਤੇੜੇ ਇੱਕ ਬੰਦੇ 'ਤੇ ਕਰਜ਼ਾ ਚੜ੍ਹ ਜਾਣਾ।
ਔਰ ਰਿਜ਼ਲਟ ਕੀ ਹੈ? ਡਿਵੈਲਪਮੈਂਟ ਜ਼ੀਰੋ, ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਕੋਈ ਪੈਸੇ ਨਹੀਂ, ਐਗਰੀਕਲਚਰ ਲਈ ਪੈਸੇ ਘਟਾ ਤੇ, ਡਾਈਵਰਸੀਫਿਕੇਸ਼ਨ ਪੈਸੇ ਘਟਾ ਤੇ। ਜਿਹੜੇ ਕਹਿੰਦੇ ਸੀ ਅਸੀਂ ਐੱਮ ਐੱਸ ਪੀ ਦੇਵਾਂਗੇ, ਐੱਮ ਐੱਸ ਪੀ ਦਾ ਕਿੱਥੇ? ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐਂ, ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ, ਕੀ ਪਤਾ ਐਂ ਦੇ ਦਿਓ ਐੱਮ ਐੱਸ ਪੀ 'ਤੇ। ਬੀਬੀ ਅਨਮੋਲ ਕੌਰ, ਅਨਮੋਲ ਨੇ ਕੰਮ ਇਹ ਜੀ ਕਰਨੇ ਆ, ਉਹਨੂੰ ਬਣਾ ਦਿਓ, ਨਹੀਂ ਤਾਂ ਖਜ਼ਾਨਾ ਮੰਤਰੀ ਅਤੇ ਸੀ ਐੱਮ ਸ਼ਾਇਦ ਐੱਮ ਐੱਸ ਪੀ ਦੇ ਹੀ ਦੇਵੇ ਤੇਈ ਫਸਲਾਂ 'ਤੇ। ਐੱਮ ਐੱਸ ਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ, ਹਜ਼ਾਰ ਰੁਪਏ ਧੀਆਂ ਭੈਣਾਂ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ। ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ, ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ 'ਚ ਪ੍ਰੋਵੀਜ਼ਨ ਨਹੀਂ ਰੱਖੇ ਆ। ਡਿਵੈਲਪਮੈਂਟ ਵਾਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾ ਤਾ। ਵਿਧਾਨ ਸਭਾ 'ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ, ਲੀਡਰ ਆਫ ਦੀ ਆਪੋਜੀਸ਼ਨ ਪਜਾਮੀ ਕਿਹੋ ਜਿਹੀ ਪਾਉਂਦਾ, ਤੂੰ ਇੱਥੇ ਆ ਕੇ ਬਹਿ ਜਾ, ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ, ਇਹ ਕਿਹੜਾ ਪੰਜਾਬ ਦਾ ਭਲਾ ਹੋਜੂ? ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ।